ਪੰਜਾਬ ਅੰਦਰ ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ 2015-16 'ਚ ਹੋਈਆਂ, ਜਿਨ੍ਹਾਂ ਦਾ ਮੁੱਖ ਮਕਸਦ ਪੰਜਾਬ ਦੀ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਲਾਂਬੂ ਲਾਉਣਾ ਅਤੇ ਪੰਥਕ ਸਰਕਾਰ ਅਤੇ ਪੰਜਾਬੀਆਂ ਦੀ ਆਪਣੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨਾ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਜਾਂਚ ਕੀਤੀ ਔਰ ਕਈ ਦੋਸ਼ੀਆਂ ਨੂੰ ਫੜਿਆ, ਕਈਆਂ ਦੇ ਖਿਲਾਫ਼ ਕੋਰਟਾਂ 'ਚ ਚਲਾਨ ਦਿੱਤੇ। ਉਹਨਾਂ 'ਚੋਂ ਇੱਕ ਹੈ ਨਰੇਸ਼ ਯਾਦਵ, ਜਿਹੜਾ ਦਿੱਲੀ ਤੋਂ ਮਹਿਰੌਲੀ ਤੋਂ ਆਮ ਆਦਮੀ ਪਾਰਟੀ ਦਾ ਅੱਜ ਵੀ ਮੌਜੂਦਾ ਵਿਧਾਇਕ ਹੈ ਅਤੇ ਅੱਜ ਮਲੇਰਕੋਟਲਾ ਦੀ ਅਦਾਲਤ ਨੇ ਵੀ ਇਹਨੂੰ ਦੋਸ਼ੀ ਕਰਾਰ ਦਿੱਤਾ ਹੈ, ਇਹਨੂੰ ਬੇਅਦਬੀਆਂ ਦਾ ਦੋਸ਼ੀ ਪਾਇਆ ਗਿਆ। ਔਰ ਪਹਿਲੀ ਵਾਰ ਹੋਇਆ ਕਿ ਕਿਸੇ ਪੋਲੀਟੀਕਲ ਪਾਰਟੀ ਦਾ ਕੋਈ ਨੁਮਾਇੰਦਾ ਬੇਅਦਬੀ ਦੇ ਦੋਸ਼ਾਂ ਤਹਿਤ ਉਹਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੋਵੇ। ਅਤੇ ਅੱਜ ਮੇਰਾ ਸਿੱਧਾ ਸਵਾਲ ਹੈ ਆਮ ਆਦਮੀ ਪਾਰਟੀ ਨੂੰ, ਕਿਉਂਕਿ ਜਿਸ ਸਮੇਂ ਨਰੇਸ਼ ਯਾਦਵ ਨੂੰ ਪੰਜਾਬ ਦੀ ਸਰਕਾਰ ਨੇ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਫੜਿਆ ਸੀ, ਉਦੋਂ ਤਾਂ ਇਹ ਧਰਨੇ ਮੁਜ਼ਾਹਰੇ ਲਾ ਕੇ ਬਹਿ ਗਏ ਸੀ, ਸੜਕਾਂ ਬੰਦ ਕਰਤੀਆਂ ਸੀ। ਚਾਹੇ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਹੋਣ ਭਗਵੰਤ ਮਾਨ ਹੋਣ, ਇਹਨਾਂ ਦੇ ਅੱਜ ਦੇ ਮੌਜੂਦਾ ਮੰਤਰੀ ਬਲਬੀਰ ਸਿੰਘ ਹੋਣ, ਇਹਨਾਂ ਦੇ MLA ਹੋਣ, ਇਹ ਕਹਿੰਦੇ ਜੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤਾਂ ਬਦਲਾ ਲੂ ਭਾਵਨਾ ਨਾਲ ਕਾਰਵਾਈ ਕਰ ਰਹੀ ਹੈ, ਪਰ ਹੁਣ ਤਾਂ ਅਦਾਲਤ ਨੇ ਵੀ ਦੋਸ਼ੀ ਠਹਿਰਾਤਾ ਔਰ ਇਹ ਸਾਬਤ ਹੋ ਗਿਆ ਕਿ ਜਿੰਨੇ ਲੋਕਾਂ ਦੇ ਖਿਲਾਫ਼ ਸ਼੍ਰੋਮਣੀ ਅਕਾਲੀ ਦਲ ਨੇ ਜਾਂਚ ਕੀਤੀ, ਜਿਹੜੇ ਦੋਸ਼ੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਫੜੇ, ਉਹਨਾਂ ਨੂੰ ਅਦਾਲਤਾਂ ਨੇ ਵੀ ਦੋਸ਼ੀ ਪਾਇਆ, ਚਾਹੇ ਮਲਕੇ ਵਾਲੀ ਬੇਅਦਬੀ ਹੋਵੇ। ਔਰ ਅੱਜ ਇਹ ਨਰੇਸ਼ ਯਾਦਵ ਨੂੰ ਕਾਂਗਰਸ ਨੇ ਕੀ ਕੀਤਾ, ਆਮ ਆਦਮੀ ਪਾਰਟੀ ਨੇ ਕੀ ਕੀਤਾ, ਸਿਰਫ ਬੇਅਦਬੀਆਂ ਦੇ ਨਾਂ 'ਤੇ ਸਿਆਸਤ। ਔਰ ਅੱਜ ਮੇਰਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੂੰ ਸਵਾਲ ਹੈ ਕਿ ਸਿਰਫ ਕੁਰਸੀ ਕਰਕੇ, ਸਿਰਫ ਸੱਤਾ ਪ੍ਰਾਪਤੀ ਦੇ ਲਈ ਤੁਸੀਂ ਸਾਡੇ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਕਰਾਈ, ਮਤਲਬ ਮਕਸਦ ਸਿਰਫ ਅਤੇ ਸਿਰਫ ਰਾਜਨੀਤੀ ਰਹਿ ਗਿਆ ਅਤੇ ਰਾਜਨੀਤੀ ਉਸ ਕੁਰਸੀ 'ਤੇ ਬੈਠਣ ਦੇ ਲਈ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਇਹ ਸਰਕਾਰਾਂ ਨੇ ਕਰਾਈ। ਸੋ ਅੱਜ ਲੋਕ ਚਾਹੁੰਦੇ ਨੇ ਕਿ ਇਹ ਕਟਹਿਰੇ ਦੇ ਵਿੱਚ ਇਹਨਾਂ ਨੂੰ ਖੜ੍ਹੇ ਕਰਕੇ ਲੋਕਾਂ ਨੂੰ ਸੌਂਪ ਦਿੱਤਾ ਜਾਵੇ, ਇਹਨਾਂ ਦੀਆਂ ਸਰਕਾਰਾਂ ਡਿਸਮਿਸ ਕੀਤੀਆਂ ਜਾਣ। ਔਰ ਇਹਨਾਂ ਦੇ ਮੈਂ ਮੈਂਬਰ ਪਾਰਲੀਮੈਂਟ ਦੇਖ ਰਿਹਾ ਸੀ ਪਿਛਲੇ ਦਿਨੀ, ਕਹਿੰਦੇ ਜੀ ਪਾਰਲੀਮੈਂਟ ਦੇ ਵਿੱਚ ਅਸੀਂ ਖੜ੍ਹੇ ਹੋ ਕੇ ਬੇਅਦਬੀਆਂ 'ਤੇ ਗੱਲ ਕਰਨੀ ਹੈ। ਅਤੇ ਭਾਈ ਤੁਸੀਂ ਤਾਂ ਲੋਕ ਹੋ ਜਿਨ੍ਹਾਂ ਨੇ ਬੇਅਦਬੀਆਂ ਕਰਾਈਆਂ, ਆਮ ਆਦਮੀ ਪਾਰਟੀ ਵਾਲੇ ਤੁਸੀਂ ਬੇਅਦਬੀਆਂ ਕਰਾਓ, ਔਰ ਅੱਜ ਤੁਹਾਡੀ ਸਰਕਾਰ ਹੈ, ਕਾਰਵਾਈ ਤੁਸੀਂ ਕਰਨੀ ਕੀ ਸੀ, ਕਿਉਂਕਿ ਬੇਅਦਬੀਆਂ ਤੁਸੀਂ ਕਰਾਉਂਦੇ ਰਹੇ ਹੋ ਅਤੇ ਹੁਣ ਤੁਸੀਂ ਪਾਰਲੀਮੈਂਟ ਦੇ ਵਿੱਚ ਖੜ੍ਹੇ ਹੋ ਕੇ ਵੀ ਰਾਜਨੀਤੀ ਕਰਨੀ ਚਾਹੁੰਦੇ ਹੋ। ਸੋ ਅੱਜ ਪੰਜਾਬੀਅਤ ਨੂੰ ਵੀ ਤੁਹਾਡੇ ਕਾਰਨਾਮੇ ਨੇ ਸ਼ਰਮਸਾਰ ਕੀਤਾ, ਔਰ ਇਹ ਨਰੇਸ਼ ਯਾਦਵ ਨੂੰ ਅੱਜ ਤੱਕ ਆਮ ਆਦਮੀ ਪਾਰਟੀ ਤਾਂ ਹੀ ਬਚਾਈ ਬੈਠੀ ਹੈ ਕਿਉਂਕਿ ਸੀਨੀਅਰ ਲੀਡਰਸ਼ਿਪ ਅਰਵਿੰਦ ਕੇਜਰੀਵਾਲ ਵੀ ਇਹ 'ਚ ਇਨਵੋਲਵਡ ਹੈ ਜੋ ਪੰਜਾਬ ਦੇ ਵਿੱਚ ਉਸ ਸਮੇਂ ਖੇਡ ਖੇਡੀ ਗਈ। ਸੋ ਅੱਜ ਲੋਕਾਂ ਦੀ ਕਚਹਿਰੀ ਤੁਹਾਡੇ ਤੋਂ ਜਵਾਬ ਮੰਗਦੀ ਹੈ, ਇਹਦੀ ਮਾਫ਼ੀ ਨਹੀਂ ਹੋਣੀ, ਲੋਕਾਂ ਨੇ ਮਾਫ਼ ਨਹੀਂ ਕਰਨਾ, ਹੁਣ ਤਾਂ ਜਵਾਬ ਦਿਓ ਕਿ ਕਿਸ ਤਰੀਕੇ ਦੀ ਸੌੜੀ ਅਤੇ ਗੰਦੀ ਸਿਆਸਤ 2015-16 'ਚ ਜਦੋਂ ਆਮ ਆਦਮੀ ਪਾਰਟੀ ਆਈ ਉਹ ਪੰਜਾਬ ਦੇ ਵਿੱਚ ਲੈ ਕੇ ਆਈ।